ਜਿੱਥੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਤੋਂ ਤੁਰਿਆ ਕਿਸਾਨੀ ਸੰਘਰਸ਼ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਪੂਰੇ 1 ਸਾਲ ਤੋਂ ਦਿੱਲੀ ਦੀਆਂ ਅੱਡ ਅੱਡ 5 ਬਰੂਹਿਆਂ ਦੇ ਉੱਪਰ ਚੱਲਦਿਆਂ ਨੂੰ ਅਸੀਂ ਅੱਜ ਦੇ ਦਿਨ ਦੇ ਵਿੱਚ ਖੜੇ ਹਾਂ, ਜਿੱਥੇ ਪਹਿਲੇ ਦਿਨ ਤੋਂ ਲਗਾਤਾਰ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਚਾਹੇ ਉਹ ਮੁਕੇਰੀਆਂ ਦੇ ਹਰਸੇ ਮਾਨਸਰ ਟੋਲ ਪਲਾਜ਼ੇ 'ਤੇ ਚਾਹੇ ਪੰਜਾਬ ਦੇ ਅੱਡ ਅੱਡ ਖਿੱਤਿਆਂ ਦੇ ਵਿੱਚ ਜਿੱਥੇ ਵੀ ਹੋ ਸਕਿਆ ਲਗਾਤਾਰ ਇਸ ਕਿਸਾਨੀ ਸੰਘਰਸ਼ ਨੂੰ ਤਕੜਾ ਕਰਨ ਦੇ ਲਈ ਯੋਗਦਾਨ ਪਾਉਂਦੇ ਰਹੇ ਹਾਂ। ਇਸ ਅੰਦੋਲਨ ਦੇ ਵਿੱਚ ਕਾਫੀ ਚੰਗੀਆਂ ਗੱਲਾਂ ਜਿਹੜੀਆਂ ਲਗਾਤਾਰ ਵਿਚਾਰਧਾਰਕ ਤੌਰ 'ਤੇ ਸਿੱਖਣ ਨੂੰ ਵੀ ਮਿਲੀਆਂ। ਸੰਘਰਸ਼ ਦੇ ਪੜਾਅ ਕਿਸ ਪ੍ਰਕਾਰ ਦੇ ਨਾਲ ਅਗਲੇ ਦੌਰ ਦੇ ਵਿੱਚ ਜਾਂਦੇ ਹੈ, ਲੈ ਕੇ ਜਾਏ ਜਾਂਦੇ ਹੈ, ਉਹ ਵੀ ਦੇਖੇ। ਉਸੇ ਹੀ ਦੌਰ ਦੇ ਵਿੱਚੋਂ ਲਗਾਤਾਰ ਜਦੋਂ ਕਈ ਪ੍ਰਕਾਰ ਦੇ ਮੀਡੀਆ ਵੱਲੋਂ, ਜਿਹੜਾ ਇੱਕ ਕਾਰਪੋਰੇਟ ਘਰਾਣਿਆਂ ਵੱਲੋਂ ਤਿਆਰ ਕੀਤਾ ਗੋਦੀ ਮੀਡੀਆ, ਇਸ ਅੰਦੋਲਨ ਨੂੰ ਵੰਡਣ ਦੇ ਲਈ ਸਾਨੂੰ ਨੌਜਵਾਨਾਂ ਨੂੰ ਲਗਾਤਾਰ ਇਸ ਅੰਦੋਲਨ ਤੋਂ, ਬਜ਼ੁਰਗਾਂ ਤੋਂ, ਨੌਜਵਾਨਾਂ ਤੋਂ ਅੱਡ ਕਰਨ ਦੀ ਕੋਸ਼ਿਸ਼ ਕੀਤੀ। ਪਹਿਲੇ ਦਿਨ ਤੋਂ ਲਗਾਤਾਰ ਅਸੀਂ ਇਹਨਾਂ ਕਿਸਾਨ ਜਥੇਬੰਦੀਆਂ 'ਤੇ ਟੇਕ ਰੱਖੇ, ਇਹਨਾਂ ਦੇ ਅੰਗ ਸੰਗ ਹੋ ਕੇ ਇਸ ਅੰਦੋਲਨ ਨੂੰ ਤਕੜਾ ਕਰਨ ਦੇ ਲਈ ਵੀ ਯੋਗਦਾਨ ਪਾਇਆ ਅਤੇ ਇਸ ਅੰਦੋਲਨ ਦੀਆਂ ਖੂਬਸੂਰਤੀਆਂ ਨੂੰ ਧੁਰ ਅੰਦਰ ਤੱਕ ਸੰਜੋ ਕੇ ਜਦੋਂ ਅੱਜ ਇਹ ਅੰਦੋਲਨ ਇੱਕ ਪੜਾਅ ਦੇ ਵਿੱਚ ਇਹ ਲੱਗ ਰਿਹਾ ਵੀ ਜਦੋਂ ਨਰਿੰਦਰ ਮੋਦੀ ਭਾਰਤ ਦੀ ਸੱਤਾ ਦੇ ਉੱਪਰ ਬੈਠੇ ਹੋਏ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਜਾਣ ਤੋਂ ਬਾਅਦ ਲੱਗਦਾ ਵੀ ਅੰਦੋਲਨ ਜਿੱਤਿਆ ਜਾ ਰਿਹਾ ਹੈ। ਪਰ ਅਸੀਂ ਨੌਜਵਾਨ ਜਿਹੜੇ ਲਗਾਤਾਰ ਪੜ੍ਹ ਲਿਖ ਕੇ ਪੰਜਾਬ ਜਾਂ ਅੱਡ ਅੱਡ ਸੂਬਿਆਂ ਦੇ ਵਿੱਚ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹੈ, ਵਿੱਦਿਆ ਤੋਂ ਵਾਂਝੇ ਰਹਿ ਕੇ ਵਿੱਦਿਆ ਦਾ ਜਿਹੜਾ ਸੰਤਾਪ ਹੰਢਾ ਰਹੇ ਹੈ ਵੀ ਸਾਡੀ ਜਿਹੜੇ ਮਜ਼ਦੂਰਾਂ ਦੇ, ਕਿਸਾਨਾਂ ਦੇ ਬੱਚਿਆਂ ਤੋਂ ਜਿਹੜੀ ਵਿੱਦਿਆ ਹੈ ਲਗਾਤਾਰ ਦੂਰ ਕੀਤੀ ਜਾ ਰਹੀ ਹੈ ਮਹਿੰਗਾਈ ਦੇ ਨਾਂ ਦੇ ਉੱਪਰ, ਇਹਨਾਂ ਕਾਰਪੋਰੇਟ ਮਾਡਲ ਦੇ ਨਾਂ ਦੇ ਉੱਪਰ। ਸਾਨੂੰ ਪਤਾ ਇਹ ਨੀਤੀਆਂ ਦੇ ਤਹਿਤ ਲਗਾਤਾਰ ਸਾਡੇ ਉੱਪਰ ਠੋਸੀਆਂ ਜਾ ਰਹੀਆਂ ਹੈ। ਉਹੀ ਨੀਤੀਆਂ ਦੇ ਨਾਲ ਇਹ ਜਿਹੜੇ ਕਾਨੂੰਨ ਹੈ ਖੇਤੀ ਦੇ 3, ਚਾਹੇ ਦਾ ਜਿਹੜਾ ਫਾਰਮਰ ਟ੍ਰੇਡ ਐਂਡ ਕਮਰਸ ਸੀ, ਚਾਹੇ ਅਸੈਂਸ਼ੀਅਲ ਕਮੋਡਿਟੀ ਸੀ, ਚਾਹੇ ਬਿਜਲੀ ਦਾ ਸੀ, ਇਹ ਉਹੀ ਕਾਰਪੋਰੇਟ ਘਰਾਣਿਆਂ ਦੀ ਪੋਲਿਸੀਆਂ ਦੇ ਤਹਿਤ ਸਾਡੇ ਉੱਪਰ ਥੋਪੇ ਜਾ ਰਹੇ ਸੀ। ਅਤੇ ਅਸੀਂ ਲਗਾਤਾਰ ਪਿੰਡ ਪਿੰਡ ਜਾ ਕੇ ਮਸ਼ਾਲ ਮਾਰਚ ਮੀਟਿੰਗਾਂ ਦੇ ਨਾਲ ਪਿੰਡਾਂ ਦੇ ਲੋਕਾਂ ਦੇ ਨਾਲ ਸਾਂਝ ਪਾਈ ਵੀ ਜਿੱਥੇ ਅੱਜ ਭਾਰਤ ਦਾ, ਪੰਜਾਬ ਦਾ ਕਿਸਾਨ ਢਿੱਡੋ ਭੁੱਖਾ ਅਤੇ ਤਨੋਂ ਨੰਗਾ ਹੈ, ਉਹੀ ਪੜ੍ਹੇ ਲਿਖੇ ਕਿਸਾਨ ਦਾ ਜਿਹੜਾ ਪੜ੍ਹਿਆ ਲਿਖਿਆ ਪੁੱਤ ਹੈ ਹੱਥਾਂ ਦੇ ਵਿੱਚ ਇੱਕ ਇੱਕ ਦੋ ਦੋ ਡਿਗਰੀਆਂ ਲੈ ਕੇ ਫਾਹੇ ਲੈਣ ਦੇ ਲਈ ਮਜਬੂਰ ਹੈ। ਉਹੀ ਦੌਰ ਦੇ ਵਿੱਚ ਜਦੋਂ ਭਾਰਤ ਦੀ ਸੱਤਾ ਦੇ ਉੱਪਰ ਬੈਠਾ ਹੋਇਆ ਇਹ ਪ੍ਰਧਾਨ ਮੰਤਰੀ ਇਹ ਕਹਿ ਕੇ ਸੱਤਾ 'ਚ ਆਇਆ ਵੀ ਸਾਲ ਦੀਆਂ 2 ਕਰੋੜ ਨੌਕਰੀਆਂ ਦਾ ਪ੍ਰਬੰਧ ਕਰਕੇ ਦੇਵਾਂਗੇ, ਪਰ ਬਜਾਏ 2 ਕਰੋੜ ਦੇ ਹਿਸਾਬ ਦੇ ਨਾਲ ਲਾ ਲਈਏ ਵੀ 7 ਸਾਲਾਂ ਦੇ ਵਿੱਚ 14 ਕਰੋੜ ਨੌਕਰੀਆਂ ਦੇਣ ਦੀ ਬਜਾਏ ਕਰੋਨਾ ਮਹਾਂਮਾਰੀ 'ਚ ਸਾਡੇ ਨੌਜਵਾਨਾਂ ਦੀਆਂ 13 ਕਰੋੜ ਨੌਕਰੀਆਂ ਖੁੱਸੀਆਂ। ਉਸੇ ਦੌਰ ਦੇ ਵਿੱਚ ਇਹਨਾਂ ਕਿਸਾਨਾਂ ਵੱਲੋਂ ਜਦੋਂ ਕਰੋਨਾ ਦੀ ਮਹਾਂਮਾਰੀ ਦੇ ਉੱਪਰ ਸਾਨੂੰ ਲਗਾਤਾਰ ਘਰਾਂ ਦੇ ਵਿੱਚ ਠੋਸ ਕੇ ਬੰਦ ਕਰਕੇ ਰੱਖਿਆ ਗਿਆ, ਇਹ ਕਾਨੂੰਨਾਂ ਨੂੰ ਬੜੇ ਤਰੀਕੇ ਦੇ ਨਾਲ ਹਮਲਾ ਕੀਤਾ, ਬੜੇ ਤਰੀਕੇ ਦੇ ਨਾਲ ਸਾਡੀ ਜਿਹੜੀ ਹੈ ਖੇਤੀ ਦੇ ਉੱਪਰ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ। ਸਲਾਮ ਹੈ ਇਹਨਾਂ ਕਿਸਾਨ ਜਥੇਬੰਦੀਆਂ ਨੂੰ, ਇਹਨਾਂ 32 ਆਗੂਆਂ ਨੂੰ ਅਤੇ ਪੂਰੇ ਭਾਰਤ ਦੇ ਸੰਯੁਕਤ ਮੋਰਚੇ ਨੂੰ, ਜਿਨ੍ਹਾਂ ਨੇ ਬਖੂਬੀ ਢੰਗ ਦੇ ਨਾਲ 11 ਦੌਰ ਦੀ ਮੀਟਿੰਗ ਦੇ ਵਿੱਚ ਇਹਨਾਂ ਸਰਕਾਰਾਂ ਦੀਆਂ, ਉਹਨਾਂ ਕਾਰਪੋਰੇਟ ਪੱਖੀ ਜਿਹੜੀਆਂ ਨੀਤੀਆਂ ਹੈ, ਉਹਨਾਂ ਦੀਆਂ ਚਾਲਾਂ ਹੈ, ਪੋਲਿਸੀਆਂ ਨੂੰ ਨੰਗਾ ਵੀ ਕੀਤਾ ਅਤੇ ਹਰ ਖੇਤਰ ਦੇ ਵਿੱਚ, ਚਾਹੇ ਪੰਜਾਬ ਹੈ, ਚਾਹੇ ਪੰਜਾਬ ਤੋਂ ਬਾਹਰ ਭਾਰਤ ਦੇ ਜਿਹੜੇ ਅੱਡ ਅੱਡ ਸੂਬੇ ਆ ਉਹਨਾਂ ਦੇ ਵਿੱਚ ਇਸ ਅੰਦੋਲਨ ਨੂੰ ਲੈ ਕੇ ਗਏ ਅਤੇ ਦਿੱਲੀ ਦੀਆਂ 5 ਜਿਹੜੀਆਂ ਬਰੂਹਾਂ ਦੇ ਉੱਪਰ ਕਿਸੇ ਦਿਨ ਸ਼ਾਇਦ ਨਾਗਾ ਨਹੀਂ ਪਿਆ, ਲਗਾਤਾਰ ਇਹਨਾਂ ਮੋਰਚਿਆਂ ਦੇ ਉੱਪਰ ਤਕਰੀਰਾਂ ਵੀ ਹੁੰਦੀਆਂ ਰਹੀਆਂ ਅਤੇ ਜਿੱਥੇ ਕੇਂਦਰ ਦੀ ਸੱਤਾ ਦੇ ਵਿੱਚ ਬੈਠੀ ਹੋਈ ਨਰਿੰਦਰ ਮੋਦੀ ਦੀ ਸਰਕਾਰ ਹੈ ਉਹ ਲਗਾਤਾਰ ਲੋਕਾਂ ਦੇ ਉੱਪਰ ਹਮਲਾ ਕਰਦੀ ਰਹੀ ਹੈ ਅੱਡ ਅੱਡ ਪੋਲਿਸੀਆਂ ਦੇ ਨਾਲ, ਉੱਥੇ ਕਿਸਾਨਾਂ ਨੇ ਬਿਲਕੁਲ ਇੱਕ ਇੱਕ ਕਰਕੇ ਲਗਾਤਾਰ ਉਹਦੀਆਂ ਲੋਕ ਵਿਰੋਧੀ ਜਿਹੜੀਆਂ ਨੀਤੀਆਂ ਨੂੰ ਖੰਡਨ ਵੀ ਕਰਦੇ ਰਹੇ। ਇਹੀ ਕਾਰਨ ਹੈ ਪਿਛਲੇ 1.5 ਸਾਲ ਦੇ ਵਿੱਚ ਕੋਈ ਅਜਿਹਾ ਪ੍ਰੋਗਰਾਮ, ਨਰਿੰਦਰ ਮੋਦੀ ਦੀ ਇਹ ਕਾਰਪੋਰੇਟ ਪੱਖੀ ਜਿਹਦੀ ਫਾਂਸੀਵਾਦੀ ਸਰਕਾਰ ਹੈ ਉਹ ਨਹੀਂ ਲਾਗੂ ਕਰ ਸਕੀ, ਕਿਉਂਕਿ ਕਿਸਾਨ ਜਿਹੜੇ ਮਿੱਟੀ ਦੇ ਨਾਲ ਜਦੋਜਹਿਦ ਹੁੰਦੇ ਆ, ਮਿੱਟੀ ਦੇ ਨਾਲ ਮਿੱਟੀ ਹੋ ਕੇ ਫਸਲ ਨੂੰ ਪੈਦਾ ਕਰਦੇ ਆ, ਅਨਾਜ ਨੂੰ ਪੈਦਾ ਕਰਦੇ ਆ, ਅਤੇ ਉਸੇ ਕਿਰਤ ਦੇ ਵਿੱਚੋਂ ਨਿਕਲ ਕੇ ਇਹ ਦਿੱਲੀ ਦੀ ਬਰੂਹਾਂ ਦੇ ਉੱਪਰ ਬੈਠ ਕੇ ਵੱਡੀ ਗਿਣਤੀ ਜਿਹੜੇ ਸ਼ਹੀਦ ਵੀ ਹੋਏ ਆ ਉਹਨਾਂ ਦੇ ਅਕੀਦਿਆਂ ਨੇ ਅੱਜ ਸਾਨੂੰ ਇੱਥੇ ਲਿਆ ਕੇ ਰੱਖਿਆ। ਅਸੀਂ ਪੰਜਾਬ ਦੀਆਂ ਅਤੇ ਭਾਰਤ ਦੀਆਂ ਕੁੱਲ ਨੌਜਵਾਨ ਜਥੇਬੰਦੀਆਂ ਵੱਲੋਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਇਹਨਾਂ ਕਿਸਾਨ ਆਗੂਆਂ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਅਤੇ ਇਸ ਮੋਰਚੇ ਦੇ ਇੱਥੇ ਤੱਕ ਲਿਆਉਣ ਦੇ ਲਈ ਸ਼ਹੀਦ ਹੋਏ ਸਾਥੀਆਂ ਨੂੰ ਪੂਰੀ ਨੌਜਵਾਨ ਸਭਾ ਦੇ ਸਾਰੇ ਆਗੂਆਂ ਵੱਲੋਂ ਸਲਾਮ ਪੇਸ਼ ਕਰਦੇ ਹਾਂ।
ਤੇ ਇਹ ਅਕੀਦਾ ਇਹ ਤੁਹਾਡੇ ਇਸ ਸੰਘਰਸ਼ ਦੇ ਜਨੂੰਨ ਤੋਂ ਇਹ ਤੈਅ ਕਰਕੇ ਇੱਥੋਂ ਦੁਬਾਰਾ ਤੋਂ ਪੰਜਾਬ ਅਤੇ ਭਾਰਤ ਦੇ ਅੱਡ ਅੱਡ ਫਿਰਕਿਆਂ ਦੇ ਵਿੱਚ ਅੱਡ ਅੱਡ ਖਿੱਤਿਆਂ ਦੇ ਵਿੱਚ ਇਹ ਅਕੀਦਾ ਕਰਕੇ ਜਾਵਾਂਗੇ, ਕਿਉਂਕਿ ਤੁਹਾਡੇ ਤੋਂ ਜਿਹੜੀ ਸੰਘਰਸ਼ ਦੀ ਸ਼ੇਧ ਮਿਲੀ ਹੈ ਵੀ ਕਿਸ ਪ੍ਰਕਾਰ ਦੇ ਨਾਲ ਸਰਕਾਰ ਦੀਆਂ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਆ ਉਹਨੂੰ ਕਿੱਦਾਂ ਟਾਕਰਾ ਕੀਤਾ ਜਾਏਗਾ, ਏਕਾ ਕਿਸ ਪ੍ਰਕਾਰ ਦੇ ਨਾਲ ਉਸਾਰਿਆ ਜਾਏਗਾ, ਅਤੇ ਵੱਖ ਵੱਖ ਪ੍ਰਕਾਰ ਦੀਆਂ ਜਿਹੜੀਆਂ ਤਾਕਤਾਂ ਨੂੰ ਇਕੱਠੇ ਕਰਕੇ ਕੇਂਦਰਿਤ ਕਰਕੇ ਕਿਸ ਪ੍ਰਕਾਰ ਦੇ ਨਾਲ ਇਹਨਾਂ ਅਜਿਹੀਆਂ ਸਰਕਾਰਾਂ ਜਿਹੜੀਆਂ ਸਰਕਾਰਾਂ ਪਿਛਲੇ 7 ਸਾਲਾਂ ਦੇ ਉੱਪਰ ਦੇ ਵਿੱਚ ਮਾਸ ਦੇ ਨਾਂ ਦੇ ਉੱਪਰ ਸਾਨੂੰ ਮਾਰ ਰਹੀਆਂ ਸੀ, ਸਾਨੂੰ ਜਾਤ ਬਰਾਦਰੀ ਦੇ ਨਾਂ ਦੇ ਉੱਪਰ ਲੜਾ ਰਹੀਆਂ ਸੀ, ਜਿਹੜੇ ਫੈਸਲਾ ਇਹ ਕਰ ਰਹੀਆਂ ਸੀ ਵੀ ਕਿਸ ਪ੍ਰਕਾਰ ਦੇ ਨਾਲ ਅਸੀਂ ਪਹਿਨਣਾ ਕੀ ਹੈ, ਅਸੀਂ ਖਾਣਾ ਕੀ ਹੈ, ਅਸੀਂ ਸੋਚਣਾ ਕੀ ਹੈ, ਅਸੀਂ ਪੜ੍ਹਨਾ ਕੀ ਹੈ, ਅਤੇ ਅਸੀਂ ਜਾਣਾ ਕਿੱਥੇ ਹੈ, ਅਤੇ ਸਾਨੂੰ ਮਸ਼ੀਨ ਦਾ ਉਹ ਪੁਰਜਾ ਬਣਾ ਕੇ ਰੱਖਣਾ ਚਾਹੁੰਦੀਆਂ ਸੀ ਜਿਹੜਾ ਪੁਰਜਾ ਕਮਾਏ ਵੀ ਇਹਨਾਂ ਦੇ ਲਈ ਅਤੇ ਕੱਲ੍ਹ ਨੂੰ ਖਰਚੇ ਵੀ ਇਹਦੇ ਲਈ। ਇਹ ਜਿਹੜੀ ਪੋਲਸੀ ਸੀ ਕੇਂਦਰ ਸਰਕਾਰ ਦੀ ਅਤੇ ਕੇਂਦਰ ਸਰਕਾਰ ਦੇ ਪਿੱਛੇ ਖੜ੍ਹੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਜਿਨ੍ਹਾਂ ਦਾ ਅੱਜ ਹਰ ਬੱਚੇ ਬੱਚੇ 'ਤੇ ਨਾਂ ਅਦਾਨੀ ਅਬਾਨੀ ਦਾ ਵੀ ਇਹ ਲਗਾਤਾਰ ਸਾਡੇ ਹਿੱਸੇ ਦੇ ਜਿਹੜੇ ਸੁਪਨੇ ਹੈ, ਸਾਡੇ ਹਿੱਸੇ ਦੀ ਵਿੱਦਿਆ ਹੈ, ਸਾਡੇ ਹਿੱਸੇ ਦਾ ਰੁਜ਼ਗਾਰ ਹੈ, ਇਹ ਲੋਕ ਖੋ ਰਹੇ ਹੈ। ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀ ਕੇਂਦਰਿਤ ਕੀਤੀ ਹੋਈ ਲੜਾਈ ਹੈ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ, ਅਸੀਂ ਨੌਜਵਾਨ ਇਸ ਮੋਰਚੇ ਤੋਂ ਜਿਹੜੀ ਹੈ ਸੇਧ ਲੈ ਕੇ ਜਿਹੜਾ ਇਹਨਾਂ ਨੂੰ ਜਿੱਥੇ ਸਲਾਮ ਵੀ ਪੇਸ਼ ਕਰ ਰਹੇ ਹਾਂ ਇਹਨਾਂ ਦੇ ਕੋਲ ਨੂੰ, ਉੱਥੇ ਇੱਥੋਂ ਕਿੱਦਾਂ ਕਰਕੇ ਕੋਸ਼ਿਸ਼ ਕਰਾਂਗੇ ਵੀ ਪੰਜਾਬ ਅਤੇ ਭਾਰਤ ਦੇ ਅੱਡ ਅੱਡ ਖਿੱਤਿਆਂ ਦੇ ਵਿੱਚ ਅਜਿਹੇ ਲੋਕ ਘੋਲਾਂ ਦੀ ਉਸਾਰੀ ਕਰਕੇ ਆਉਣ ਵਾਲੇ ਜਿਹੜੇ ਵੱਡੇ ਮਸਲੇ ਸਾਡੇ ਉੱਪਰ ਖੜ੍ਹੇ ਆ ਉਹਨਾਂ ਦੇ ਉੱਪਰ ਵੀ ਲੜਾਈ ਦੇ ਸਕੀਏ, ਅਤੇ ਜਿੱਥੇ ਅੱਜ ਜਿਹੜਾ ਮੋਰਚਾ ਖੜ੍ਹਾ ਆ ਇਹਨਾਂ ਦੇ ਅੰਗ ਸੰਗ ਲੈ ਕੇ ਜੇ ਅੱਗੇ ਵੀ ਲੋੜ ਪਈ, ਜਿੱਦਾਂ ਪੰਜਾਬ ਦੀ 32 ਕਿਸਾਨ ਜਥੇਬੰਦੀਆਂ ਨੇ ਤਾਂ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ, ਉਸੇ ਪ੍ਰਕਾਰ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖੀ ਘੋਲਾਂ ਦੇ ਵਿੱਚ ਵੀ ਇਹਨਾਂ ਦੇ ਏਕੇ ਦੇ ਹਿਸਾਬ ਦੇ ਨਾਲ ਜਿੱਦਾਂ ਦਾ ਸੱਦਾ ਦਿੰਦੇ ਰਹਿਣਗੇ। ਅਸੀਂ ਨੌਜਵਾਨ ਇਹਨਾਂ ਦੇ ਅੰਗ ਸੰਗ ਹੋ ਕੇ ਪਿੱਛੇ ਰਹਿ ਕੇ ਲਗਾਤਾਰ ਇਸ ਲੜਾਈ ਨੂੰ ਕੇਂਦਰਿਤ ਕਰਦੇ ਰਹਾਂਗੇ। ਇਹਦੇ ਨਾਲ ਹੀ ਤੁਹਾਡੇ ਸਾਰੇ ਸਾਥੀਆਂ ਦਾ, ਖਾਸ ਕਰ ਉਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਲਗਾਤਾਰ ਸੋਸ਼ਲ ਮੀਡੀਆ 'ਤੇ ਕਿਸਾਨ ਏਕਤਾ ਮੋਰਚਾ ਦੀ ਮਦਦ ਦੇ ਨਾਲ ਲਗਾਤਾਰ ਇਸ ਅੰਦੋਲਨ ਨੂੰ ਘਰ ਘਰ ਲੈ ਕੇ ਗਏ, ਬਲ ਦੇ 217 ਮੁਲਕਾਂ ਤੱਕ ਪਜਾਇਆ, ਅਤੇ ਅੱਜ ਕੇਂਦਰਿਤ ਹੈ ਕੋਲ, ਅੱਜ ਲੋਕ ਲੜਨ ਦੇ ਲਈ ਤਿਆਰ ਬੈਠੇ ਹੈ, ਲੋਕ ਲਗਾਤਾਰ ਇਸ ਲੜਾਈ ਨੂੰ ਕੇਂਦਰਿਤ ਕਰ ਰਹੇ ਹੈ। ਇਹਦੇ ਨਾਲ ਹੀ ਉਹਨਾਂ ਸਾਰਿਆਂ ਨੂੰ ਧੰਨਵਾਦ ਵੀ ਕਰਦੇ ਹਾਂ ਨੌਜਵਾਨਾਂ ਵੱਲੋਂ, ਅਤੇ ਇਹ ਆਸ ਵੀ ਰੱਖਦੇ ਹਾਂ ਵੀ ਅਜਿਹੇ ਏਕੇ ਨੂੰ ਆਉਣ ਵਾਲੇ ਸਮੇਂ ਤੱਕ ਜਿਹੜਾ ਕਾਇਮ ਰੱਖਣਗੇ, ਅਤੇ ਭਵਿੱਖੀ ਘੋਲਾਂ ਦੇ ਵਿੱਚ ਤਕੜੇ ਹੋ ਕੇ ਵੱਡੇ ਇਕੱਠਾਂ ਦੇ ਨਾਲ ਸ਼ਾਮਿਲ ਹੋਣਗੇ, ਅਤੇ ਜਿਹੜਾ ਕਿਰਤ ਦੀ ਜਿਹੜੀ ਹੈ ਬਾਬੇ ਨਾਨਕ ਦੀ ਕਿਰਤ ਵਾਲਾ ਸਮਾਜ, ਭਗਤ ਸਿੰਘ ਦਾ ਸਾਂਝੀਵਾਲਤਾ ਵਾਲਾ ਸਮਾਜ, ਉਹ ਉਸਾਰ ਕੇ ਸਾਹ ਲੈਣਗੇ, ਅਤੇ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਆਪਣੇ ਮੁਲਕ ਆਪਣੇ ਘਰਾਂ ਦੇ ਉੱਪਰ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਦਾ ਮੁਕਾਬਲਾ ਕਰਨਗੇ। ਧੰਨਵਾਦ ਸਾਥੀਓ। ਸਤਿ ਸ਼੍ਰੀ ਅਕਾਲ ਜੀ, ਮੈਂ ਧਰਮਿੰਦਰ ਸਿੰਘ, ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਜਿੱਥੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਤੋਂ ਤੁਰਿਆ ਕਿਸਾਨੀ ਸੰਘਰਸ਼ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਪੂਰੇ 1 ਸਾਲ ਤੋਂ ਦਿੱਲੀ ਦੀਆਂ ਅੱਡ ਅੱਡ 5 ਬਰੂਹਿਆਂ ਦੇ ਉੱਪਰ ਚੱਲਦਿਆਂ ਨੂੰ ਅਸੀਂ ਅੱਜ ਦੇ ਦਿਨ ਦੇ ਵਿੱਚ ਖੜ੍ਹੇ ਹਾਂ, ਜਿੱਥੇ ਪਹਿਲੇ ਦਿਨ ਤੋਂ ਲਗਾਤਾਰ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ, ਚਾਹੇ ਉਹ ਮੁਕੇਰੀਆਂ ਦੇ ਹਰਸੇ ਮਾਨਸਰ ਟੋਲ ਪਲਾਜ਼ੇ 'ਤੇ, ਚਾਹੇ ਪੰਜਾਬ ਦੇ ਅੱਡ ਅੱਡ ਖਿੱਤਿਆਂ ਦੇ ਵਿੱਚ ਜਿੱਥੇ ਵੀ ਹੋ ਸਕਿਆ, ਲਗਾਤਾਰ ਇਸ ਕਿਸਾਨੀ ਸੰਘਰਸ਼ ਨੂੰ ਤਕੜਾ ਕਰਨ ਦੇ ਲਈ ਯੋਗਦਾਨ ਪਾਉਂਦੇ ਰਹੇ ਹਾਂ। ਇਸ ਅੰਦੋਲਨ ਦੇ ਵਿੱਚ ਕਾਫੀ ਚੰਗੀਆਂ ਗੱਲਾਂ ਜਿਹੜੀਆਂ ਲਗਾਤਾਰ ਵਿਚਾਰਧਾਰਕ ਤੌਰ 'ਤੇ ਸਿੱਖਣ ਨੂੰ ਵੀ ਮਿਲੀਆਂ, ਸੰਘਰਸ਼ ਦੇ ਪੜਾਅ ਕਿਸ ਪ੍ਰਕਾਰ ਦੇ ਨਾਲ ਅਗਲੇ ਦੌਰ ਦੇ ਵਿੱਚ ਜਾਂਦੇ ਹੈ, ਲੈ ਕੇ ਜਾਏ ਜਾਂਦੇ ਹੈ, ਉਹ ਵੀ ਦੇਖੇ। ਉਸੇ ਹੀ ਦੌਰ ਦੇ ਵਿੱਚੋਂ ਲਗਾਤਾਰ ਜਦੋਂ ਕਈ ਪ੍ਰਕਾਰ ਦੇ ਮੀਡੀਆ ਵੱਲੋਂ, ਜਿਹੜਾ ਇੱਕ ਕਾਰਪੋਰੇਟ ਘਰਾਣਿਆਂ ਵੱਲੋਂ ਤਿਆਰ ਕੀਤਾ ਗੋਦੀ ਮੀਡੀਆ, ਇਸ ਅੰਦੋਲਨ ਨੂੰ ਵੰਡਣ ਦੇ ਲਈ ਸਾਨੂੰ ਨੌਜਵਾਨਾਂ ਨੂੰ ਲਗਾਤਾਰ ਇਸ ਅੰਦੋਲਨ ਤੋਂ, ਬਜ਼ੁਰਗਾਂ ਤੋਂ, ਨੌਜਵਾਨਾਂ ਤੋਂ ਅੱਡ ਕਰਨ ਦੀ ਕੋਸ਼ਿਸ਼ ਕੀਤੀ। ਪਹਿਲੇ ਦਿਨ ਤੋਂ ਲਗਾਤਾਰ ਅਸੀਂ ਇਹਨਾਂ ਕਿਸਾਨ ਜਥੇਬੰਦੀਆਂ 'ਤੇ ਟੇਕ ਰੱਖੇ, ਇਹਨਾਂ ਦੇ ਅੰਗ ਸੰਗ ਹੋ ਕੇ ਇਸ ਅੰਦੋਲਨ ਨੂੰ ਤਕੜਾ ਕਰਨ ਦੇ ਲਈ ਵੀ ਯੋਗਦਾਨ ਪਾਇਆ, ਅਤੇ ਇਸ ਅੰਦੋਲਨ ਦੀਆਂ ਖੂਬਸੂਰਤੀਆਂ ਨੂੰ ਧੁਰੰਦਰ ਤੱਕ ਸੰਜੋ ਕੇ ਜਦੋਂ ਅੱਜ ਇਹ ਅੰਦੋਲਨ ਇੱਕ ਪੜਾਅ ਦੇ ਵਿੱਚ ਇਹ ਲੱਗ ਰਿਹਾ ਵੀ ਜਦੋਂ ਨਰਿੰਦਰ ਮੋਦੀ ਭਾਰਤ ਦੀ ਸੱਤਾ ਦੇ ਉੱਪਰ ਬੈਠੇ ਹੋਏ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਜਾਣ ਤੋਂ ਬਾਅਦ ਲੱਗਦਾ ਵੀ ਅੰਦੋਲਨ ਜਿੱਤਿਆ ਜਾ ਰਿਹਾ ਹੈ, ਪਰ ਅਸੀਂ ਨੌਜਵਾਨ ਜਿਹੜੇ ਲਗਾਤਾਰ ਪੜ੍ਹ ਲਿਖ ਕੇ ਪੰਜਾਬ ਜਾਂ ਅੱਡ ਅੱਡ ਸੂਬਿਆਂ ਦੇ ਵਿੱਚ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਾਂ, ਵਿੱਦਿਆ ਤੋਂ ਵਾਂਝੇ ਰਹਿ ਕੇ ਵਿੱਦਿਆ ਦਾ ਜਿਹੜਾ ਸੰਤਾਪ ਹੰਢਾ ਰਹੇ ਹੈ ਵੀ ਸਾਡੀ ਜਿਹੜੇ ਮਜ਼ਦੂਰਾਂ ਦੇ, ਕਿਸਾਨਾਂ ਦੇ ਬੱਚਿਆਂ ਦੇ ਜਿਹੜੀ ਵਿੱਦਿਆ ਹੈ ਲਗਾਤਾਰ ਦੂਰ ਕੀਤੀ ਜਾ ਰਹੀ ਹੈ ਮਹਿੰਗਾਈ ਦੇ ਨਾਂ ਦੇ ਉੱਪਰ, ਇਹਨਾਂ ਕਾਰਪੋਰੇਟ ਮਾਡਲ ਦੇ ਨਾਂ ਦੇ ਉੱਪਰ, ਸਾਨੂੰ ਪਤਾ ਇਹ ਨੀਤੀਆਂ ਦੇ ਤਹਿਤ ਲਗਾਤਾਰ ਸਾਡੇ ਉੱਪਰ ਠੋਸੀਆਂ ਜਾ ਰਹੀਆਂ ਹੈ। ਉਹੀ ਨੀਤੀਆਂ ਦੇ ਨਾਲ ਇਹ ਜਿਹੜੇ ਕਾਨੂੰਨ ਹੈ ਖੇਤੀ ਦੇ 3
ਚਾਹੇ ਦਾ ਫਾ ਜਿਹੜਾ ਫਾਰਮਰ ਟਰੇਡ ਐਂਡ ਕਮਰਸ ਸੀ, ਚਾਹੇ ਐਸੈਂਸ਼ੀਅਲ ਕਮੋਡਿਟੀ ਸੀ, ਚਾਹੇ ਬਿਜਲੀ ਦਾ ਸੀ, ਇਹ ਉਹੀ ਕਾਰਪੋਰੇਟ ਘਰਾਣਿਆਂ ਦੀ ਪੋਲਿਸੀਆਂ ਦੇ ਤਹਿਤ ਸਾਡੇ ਉੱਪਰ ਥੋਪੇ ਜਾ ਰਹੇ ਸੀ। ਅਤੇ ਅਸੀਂ ਲਗਾਤਾਰ ਪਿੰਡ ਪਿੰਡ ਜਾ ਕੇ ਮਸ਼ਾਲ ਮਾਰਚ ਮੀਟਿੰਗਾਂ ਦੇ ਨਾਲ ਪਿੰਡਾਂ ਦੇ ਲੋਕਾਂ ਦੇ ਨਾਲ ਸਾਂਝ ਪਾਈ ਵੀ ਜਿੱਥੇ ਅੱਜ ਭਾਰਤ ਦਾ ਪੰਜਾਬ ਦਾ ਕਿਸਾਨ ਢਿੱਡੋ ਭੁੱਖਾ ਅਤੇ ਤਨੋਂ ਨੰਗਾ ਹੈ, ਉਹੀ ਪੜ੍ਹੇ ਲਿਖੇ ਕਿਸਾਨ ਦਾ ਜਿਹੜਾ ਪੜ੍ਹਿਆ ਲਿਖਿਆ ਪੁੱਤ ਹੈ ਹੱਥਾਂ ਦੇ ਵਿੱਚ ਇੱਕ ਬੜੇ ਤਰੀਕੇ ਦੇ ਨਾਲ ਹਮਲਾ ਕੀਤਾ, ਬੜੇ ਤਰੀਕੇ ਦੇ ਨਾਲ ਸਾਡੀ ਜਿਹੜੀ ਹੈ ਖੇਤੀ ਦੇ ਉੱਪਰ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ। ਸਲਾਮ ਹੈ ਇਹਨਾਂ ਕਿਸਾਨ ਜਥੇਬੰਦੀਆਂ ਨੂੰ, ਇਹਨਾਂ 32 ਆਗੂਆਂ ਨੂੰ ਅਤੇ ਪੂਰੇ ਭਾਰਤ ਦੇ ਸੰਯੁਕਤ ਮੋਰਚੇ ਨੂੰ, ਜਿਨ੍ਹਾਂ ਨੇ ਬਖੂਬੀ ਢੰਗ ਦੇ ਨਾਲ 11 ਦੌਰ ਦੀ ਮੀਟਿੰਗ ਦੇ ਵਿੱਚ ਇਹਨਾਂ ਸਰਕਾਰਾਂ ਦੀਆਂ ਉਹਨਾਂ ਕਾਰਪੋਰੇਟ ਪੱਖੀ ਜਿਹੜੀਆਂ ਨੀਤੀਆਂ ਹੈ, ਉਹਨਾਂ ਦੀਆਂ ਚਾਲਾਂ ਹੈ, ਪੋਲਿਸੀਆਂ ਨੂੰ ਨੰਗਾ ਵੀ ਕੀਤਾ ਅਤੇ ਹਰ ਖੇਤਰ ਦੇ ਵਿੱਚ, ਚਾਹੇ ਪੰਜਾਬ ਹੈ, ਚਾਹੇ ਪੰਜਾਬ ਤੋਂ ਬਾਹਰ ਭਾਰਤ ਦੇ ਜਿਹੜੇ ਅੱਡ ਅੱਡ ਸੂਬੇ ਆ ਉਹਨਾਂ ਦੇ ਵਿੱਚ ਇਸ ਅੰਦੋਲਨ ਨੂੰ ਲੈ ਕੇ ਗਏ। ਅਤੇ ਦਿੱਲੀ ਦੀਆਂ 5 ਜਿਹੜੀਆਂ ਬਰੂਹਾਂ ਦੇ ਉੱਪਰ ਕਿਸੇ ਦਿਨ ਸ਼ਾਇਦ ਨਾਗਾ ਨਹੀਂ ਪਿਆ, ਲਗਾਤਾਰ ਇਹਨਾਂ ਮੋਰਚਿਆਂ ਦੇ ਉੱਪਰ ਤਕਰੀਰਾਂ ਵੀ ਹੁੰਦੀਆਂ ਰਹੀਆਂ। ਅਤੇ ਜਿੱਥੇ ਕੇਂਦਰ ਦੀ ਸੱਤਾ ਦੇ ਵਿੱਚ ਬੈਠੀ ਹੋਈ ਨਰਿੰਦਰ ਮੋਦੀ ਦੀ ਸਰਕਾਰ ਹੈ, ਉਹ ਲਗਾਤਾਰ ਲੋਕਾਂ ਦੇ ਉੱਪਰ ਹਮਲਾ ਕਰਦੀ ਰਹੀ ਹੈ ਅੱਡ ਅੱਡ ਪੋਲਿਸੀਆਂ ਦੇ ਨਾਲ, ਉੱਥੇ ਕਿਸਾਨਾਂ ਨੇ ਬਿਲਕੁਲ ਇੱਕ ਇੱਕ ਕਰਕੇ ਲਗਾਤਾਰ ਉਹਦੀਆਂ ਲੋਕ ਵਿਰੋਧੀ ਜਿਹੜੀਆਂ ਨੀਤੀਆਂ ਨੂੰ ਖੰਡਨ ਵੀ ਕਰਦੇ ਰਹੇ। ਇਹੀ ਕਾਰਨ ਹੈ ਪਿਛਲੇ 1.5 ਸਾਲ ਦੇ ਵਿੱਚ ਕੋਈ ਅਜਿਹਾ ਪ੍ਰੋਗਰਾਮ ਨਰਿੰਦਰ ਮੋਦੀ ਦੀ ਇਹ ਕਾਰਪੋਰੇਟ ਪੱਖੀ ਜਿਹਦੀ ਫਾਂਸੀਵਾਦੀ ਸਰਕਾਰ ਹੈ ਉਹ ਨਹੀਂ ਲਾਗੂ ਕਰ ਸਕੀ, ਕਿਉਂਕਿ ਕਿਸਾਨ ਜਿਹੜੇ ਮਿੱਟੀ ਦੇ ਨਾਲ ਜੱਦੋਜਹਿਦ ਹੁੰਦੇ ਆ, ਮਿੱਟੀ ਦੇ ਨਾਲ ਮਿੱਟੀ ਹੋ ਕੇ ਫਸਲ ਨੂੰ ਪੈਦਾ ਕਰਦੇ ਆ, ਅਨਾਜ ਨੂੰ ਪੈਦਾ ਕਰਦੇ ਆ, ਅਤੇ ਉਸੀ ਕਿਰਤ ਦੇ ਵਿੱਚੋਂ ਨਿਕਲ ਕੇ ਇਹ ਦਿੱਲੀ ਦੀ ਬਰੂਹਾਂ ਦੇ ਉੱਪਰ ਬੈਠ ਕੇ ਵੱਡੀ ਗਿਣਤੀ ਜਿਹੜੇ ਸ਼ਹੀਦ ਵੀ ਹੋਏ ਆ ਉਹਨਾਂ ਦੇ ਅਕੀਦਿਆਂ ਨੇ ਅੱਜ ਸਾਨੂੰ ਇੱਥੇ ਲਿਆ ਕੇ ਰੱਖਿਆ। ਅਸੀਂ ਪੰਜਾਬ ਦੀਆਂ ਅਤੇ ਭਾਰਤ ਦੀਆਂ ਕੁੱਲ ਨੌਜਵਾਨ ਜਥੇਬੰਦੀਆਂ ਵੱਲੋਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਇਹਨਾਂ ਕਿਸਾਨ ਆਗੂਆਂ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਅਤੇ ਇਸ ਮੋਰਚੇ ਦੇ ਇੱਥੇ ਤੱਕ ਲਿਆਉਣ ਦੇ ਲਈ ਸ਼ਹੀਦ ਹੋਏ ਸਾਥੀਆਂ ਨੂੰ ਪੂਰੀ ਨੌਜਵਾਨ ਸਭਾ ਦੇ ਸਾਰੇ ਆਗੂਆਂ ਵੱਲੋਂ ਸਲਾਮ ਪੇਸ਼ ਕਰਦੇ ਹਾਂ। ਅਤੇ ਇਹ ਅਕੀਦਾ, ਇਹ ਤੁਹਾਡੇ ਇਸ ਸੰਘਰਸ਼ ਦੇ ਜਨੂੰਨ ਤੋਂ ਇਹ ਤੈਅ ਕਰਕੇ ਇੱਥੋਂ ਦੁਬਾਰਾ ਤੋਂ ਪੰਜਾਬ ਅਤੇ ਭਾਰਤ ਦੇ ਅੱਡ ਅੱਡ ਫਿਰਕਿਆਂ ਦੇ ਵਿੱਚ, ਅੱਡ ਅੱਡ ਖਿੱਤਿਆਂ ਦੇ ਵਿੱਚ ਇਹ ਅਕੀਦਾ ਕਰਕੇ ਜਾਵਾਂਗੇ, ਕਿਉਂਕਿ ਤੁਹਾਡੇ ਤੋਂ ਜਿਹੜੀ ਸੰਘਰਸ਼ ਦੀ ਸ਼ੇਧ ਮਿਲੀ ਹੈ ਵੀ ਕਿਸ ਪ੍ਰਕਾਰ ਦੇ ਨਾਲ ਸਰਕਾਰ ਦੀਆਂ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਹੈ ਉਹਨੂੰ ਕਿੱਦਾਂ ਟਾਕਰਾ ਕੀਤਾ ਜਾਏਗਾ, ਏਕਾ ਕਿਸ ਪ੍ਰਕਾਰ ਦੇ ਨਾਲ ਉਸਾਰਿਆ ਜਾਏਗਾ, ਅਤੇ ਵੱਖ ਵੱਖ ਪ੍ਰਕਾਰ ਦੀਆਂ ਜਿਹੜੀਆਂ ਤਾਕਤਾਂ ਨੂੰ ਇਕੱਠੇ ਕਰਕੇ ਕੇਂਦਰਿਤ ਕਰਕੇ ਕਿਸ ਪ੍ਰਕਾਰ ਦੇ ਨਾਲ ਇਹਨਾਂ ਅਜਿਹੀਆਂ ਸਰਕਾਰਾਂ ਜਿਹੜੀਆਂ ਸਰਕਾਰਾਂ ਪਿਛਲੇ 7 ਸਾਲਾਂ ਦੇ ਉੱਪਰ ਦੇ ਵਿੱਚ ਮਾਸ ਦੇ ਨਾਂ ਦੇ ਉੱਪਰ ਸਾਨੂੰ ਮਾਰ ਰਹੀਆਂ ਸੀ, ਸਾਨੂੰ ਜਾਤ ਬਰਾਦਰੀ ਦੇ ਨਾਂ ਦੇ ਉੱਪਰ ਲੜਾ ਰਹੀਆਂ ਸੀ, ਜਿਹੜੇ ਫੈਸਲਾ ਇਹ ਕਰ ਰਹੀਆਂ ਸੀ ਵੀ ਕਿਸ ਪ੍ਰਕਾਰ ਦੇ ਨਾਲ ਅਸੀਂ ਪਹਿਨਣਾ ਕੀ ਹੈ, ਅਸੀਂ ਖਾਣਾ ਕੀ ਹੈ, ਅਸੀਂ ਸੋਚਣਾ ਕੀ ਹੈ, ਅਸੀਂ ਪੜ੍ਹਨਾ ਕੀ ਹੈ, ਅਤੇ ਅਸੀਂ ਜਾਣਾ ਕਿੱਥੇ ਹੈ, ਅਤੇ ਸਾਨੂੰ ਮਸ਼ੀਨ ਦਾ ਉਹ ਪੁਰਜਾ ਬਣਾ ਕੇ ਰੱਖਣਾ ਚਾਹੁੰਦੀਆਂ ਸੀ ਜਿਹੜਾ ਪੁਰਜਾ ਕਮਾਏ ਵੀ ਇਹਨਾਂ ਦੇ ਲਈ ਅਤੇ ਕੱਲ੍ਹ ਨੂੰ ਖਰਚੇ ਵੀ ਇਹਦੇ ਲਈ। ਇਹ ਜਿਹੜੀ ਪੋਲਿਸੀ ਸੀ ਕੇਂਦਰ ਸਰਕਾਰ ਦੀ ਅਤੇ ਕੇਂਦਰ ਸਰਕਾਰ ਦੇ ਪਿੱਛੇ ਖੜ੍ਹੇ ਵੱਡੇ ਵੱਡੇ ਕਾਰਪੋਰੇਟ ਘਰਾਣੇ, ਜਿਨ੍ਹਾਂ ਦਾ ਅੱਜ ਹਰ ਬੱਚੇ ਅਤੇ ਨਾ ਅਦਾਨੀ ਅਬਾਨੀ ਦਾ ਵੀ ਇਹ ਲਗਾਤਾਰ ਸਾਡੇ ਹਿੱਸੇ ਦੇ ਜਿਹੜੇ ਸੁਪਨੇ ਹੈ, ਸਾਡੇ ਹਿੱਸੇ ਦੀ ਵਿੱਦਿਆ ਹੈ, ਸਾਡੇ ਹਿੱਸੇ ਦਾ ਰੁਜ਼ਗਾਰ ਹੈ, ਇਹ ਲੋਕ ਖੋ ਰਹੇ ਹੈ। ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀ ਕੇਂਦਰਿਤ ਕੀਤੀ ਹੋਈ ਲੜਾਈ ਹੈ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ, ਅਸੀਂ ਨੌਜਵਾਨ ਇਸ ਮੋਰਚੇ ਤੋਂ ਜਿਹੜੀ ਹੈ ਸੇਧ ਲੈ ਕੇ ਜਿਹੜਾ ਇਹਨਾਂ ਨੂੰ ਜਿੱਥੇ ਸਲਾਮ ਵੀ ਪੇਸ਼ ਕਰ ਰਹੇ ਹਾਂ ਇਹਨਾਂ ਦੇ ਘੋਲ ਨੂੰ, ਉੱਥੇ ਇੱਥੋਂ ਕਿੱਦਾਂ ਕਰਕੇ ਕੋਸ਼ਿਸ਼ ਕਰਾਂਗੇ ਵੀ ਪੰਜਾਬ ਅਤੇ ਭਾਰਤ ਦੇ ਅੱਡ ਅੱਡ ਖਿੱਤਿਆਂ ਦੇ ਵਿੱਚ ਅਜਿਹੇ ਲੋਕ ਘੋਲਾਂ ਦੀ ਉਸਾਰੀ ਕਰਕੇ ਆਉਣ ਵਾਲੇ ਜਿਹੜੇ ਵੱਡੇ ਮਸਲੇ ਸਾਡੇ ਉੱਪਰ ਖੜ੍ਹੇ ਆ ਉਹਨਾਂ ਦੇ ਉੱਪਰ ਵੀ ਲੜਾਈ ਦੇ ਸਕੀਏ। ਅਤੇ ਜਿੱਥੇ ਅੱਜ ਜਿਹੜਾ ਮੋਰਚਾ ਖੜ੍ਹਾ ਆ ਇਹਨਾਂ ਦੇ ਅੰਗ ਸੰਗ ਲੈ ਕੇ ਜੇ ਅੱਗੇ ਵੀ ਲੋੜ ਪਈ, ਜਿੱਦਾਂ ਪੰਜਾਬ ਦੀ 32 ਕਿਸਾਨ ਜਥੇਬੰਦੀਆਂ ਨੇ ਤਾਂ ਸੰਯੁਕਤ ਮੋਰਚੇ ਨੇ ਸੱਦਾ ਦਿੱਤਾ, ਉਸੇ ਪ੍ਰਕਾਰ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖੀ ਘੋਲਾਂ ਦੇ ਵਿੱਚ ਵੀ ਇਹਨਾਂ ਦੇ ਏਕੇ ਦੇ ਹਿਸਾਬ ਦੇ ਨਾਲ ਜਿੱਦਾਂ ਦਾ ਸੱਦਾ ਦਿੰਦੇ ਰਹਿਣਗੇ, ਅਸੀਂ ਨੌਜਵਾਨ ਇਹਨਾਂ ਦੇ ਅੰਗ ਸੰਗ ਹੋ ਕੇ ਪਿੱਛੇ ਰਹਿ ਕੇ ਲਗਾਤਾਰ ਇਸ ਲੜਾਈ ਨੂੰ ਕੇਂਦਰਿਤ ਕਰਦੇ ਰਹਾਂਗੇ। ਇਹਦੇ ਨਾਲ ਹੀ ਤੁਹਾਡੇ ਸਾਰੇ ਸਾਥੀਆਂ ਦਾ, ਖਾਸ ਕਰ ਉਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਲਗਾਤਾਰ ਸੋਸ਼ਲ ਮੀਡੀਆ 'ਤੇ ਕਿਸਾਨ ਏਕਤਾ ਮੋਰਚਾ ਦੀ ਮਦਦ ਦੇ ਨਾਲ ਲਗਾਤਾਰ ਇਸ ਅੰਦੋਲਨ ਨੂੰ ਘਰ ਘਰ ਲੈ ਕੇ ਗਏ, ਬਲ ਦੇ 217 ਮੁਲਕਾਂ ਤੱਕ ਪਜਾਇਆ, ਅਤੇ ਅੱਜ ਕੇਂਦਰਿਤ ਹੈ ਕੋਲ, ਅੱਜ ਲੋਕ ਲੜਨ ਦੇ ਲਈ ਤਿਆਰ ਬੈਠੇ ਹੈ, ਲੋਕ ਲਗਾਤਾਰ ਇਸ ਲੜਾਈ ਨੂੰ ਕੇਂਦਰਿਤ ਕਰ ਰਹੇ ਹੈ। ਇਹਦੇ ਨਾਲ ਹੀ ਉਹਨਾਂ ਸਾਰਿਆਂ ਨੂੰ ਧੰਨਵਾਦ ਵੀ ਕਰਦੇ ਹਾਂ ਨੌਜਵਾਨਾਂ ਵੱਲੋਂ, ਅਤੇ ਇਹ ਆਸ ਵੀ ਰੱਖਦੇ ਹਾਂ ਵੀ ਅਜਿਹੇ ਏਕੇ ਨੂੰ ਆਉਣ ਵਾਲੇ ਸਮੇਂ ਤੱਕ ਜਿਹੜਾ ਕਾਇਮ ਰੱਖਣਗੇ, ਅਤੇ ਭਵਿੱਖੀ ਘੋਲਾਂ ਦੇ ਵਿੱਚ ਤਕੜੇ ਹੋ ਕੇ ਵੱਡੇ ਇਕੱਠਾਂ ਦੇ ਨਾਲ ਸ਼ਾਮਲ ਹੋਣਗੇ, ਅਤੇ ਜਿਹੜਾ ਕਿਰਤ ਦੀ ਜਿਹੜੀ ਹੈ ਬਾਬੇ ਨਾਨਕ ਦੀ ਕਿਰਤ ਵਾਲਾ ਸਮਾਜ, ਭਗਤ ਸਿੰਘ ਦਾ ਸਾਂਝੀਵਾਲਤਾ ਵਾਲਾ ਸਮਾਜ ਉਹ ਉਸਾਰ ਕੇ ਸਾਹ ਲੈਣਗੇ, ਅਤੇ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਆਪਣੇ ਮੁਲਕ ਆਪਣੇ ਘਰਾਂ ਦੇ ਉੱਪਰ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਦਾ ਮੁਕਾਬਲਾ ਕਰਨਗੇ।
ਧੰਨਵਾਦ ਸਾਥੀਓ। ਸਤਿ ਸ਼੍ਰੀ ਅਕਾਲ ਜੀ, ਮੈਂ ਧਰਮਿੰਦਰ ਸਿੰਘ, ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਜਿੱਥੇ ਪਿਛਲੇ ਲੰਬੇ ਸਮੇਂ ਤੋਂ